ਤੁਸੀਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ ਹੋ। ਇਹ ਮੇਰਾ ਸਪੁੱਤਰ ਅਰਜਨ, ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਿਆਈ ਦੇ ਯੋਗ ਹੈ। ਅਤੇ ਬਾਬਾ ਬੁੱਢਾ ਸਾਹਿਬ ਜਿਹੜੇ ਮਹਾਰਾਜ, ਤੁਹਾਡੇ ਤੋਂ ਵੱਧ ਕੌਣ ਜਾਣਦਾ ਹੈ, ਪਰ ਫਿਰ ਵੀ ਤੁਹਾਡੀ ਆਗਿਆ 'ਚ ਦੱਸਦਾ ਹੁਕਮ ਮੰਨ ਕੇ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਤਾ ਗੱਦੀ ਦੇ ਲਾਇਕ ਗੁਰੂ ਅਰਜਨ ਦੇਵ ਸਾਹਿਬ ਤੋਂ ਬਗੈਰ ਹੋਰ ਕੋਈ ਦੂਜਾ ਹੈ ਹੀ ਨਹੀਂ ਇਸ ਸਮੇਂ, ਇਹੀ ਲਾਇਕ ਨੇ। ਅੰਮ੍ਰਿਤਸਰ ਸਾਹਿਬ ਉਸੇ ਵੇਲੇ, ਅੱਜ ਦਾ ਦਿਹਾੜਾ ਸੀ ਸੰਮਤ ਨਾਨਕ ਸ਼ਾਹੀ 112, ਬਿਕਰਮੀ ਸੰਮਤ 1638, ਈਸਵੀ 1582, ਭਾਦਰੋਂ ਸੁਦੇ ਦੂਜ ਵਾਲੇ ਦਿਨ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਹਾਂ ਫੜ ਕੇ ਤਖ਼ਤ ਦੇ ਉੱਤੇ ਬਿਠਾ ਦਿੱਤਾ ਅਤੇ ਪਾਤਸ਼ਾਹ ਜੀ ਨੇ 5 ਪੈਸੇ ਦਲੇਰ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਭੇਟ ਕੀਤੇ, ਮੱਥਾ ਟੇਕਿਆ, 3 ਪਰਿਕਰਮਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਤਿਲਕ ਲਾਇਆ ਅਤੇ ਹੁਕਮ ਕੀਤਾ, ਅੱਜ ਤੋਂ ਤੁਸੀਂ ਇਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੂਪ ਕਰਕੇ ਜਾਣਨਾ। ਇਹ ਇਕੱਲਾ ਸਾਡਾ ਸਰੂਪ ਨਹੀਂ, ਸਾਰੇ ਗੁਰਾਂ ਦਾ ਰੂਪ ਹੈ। ਅਤੇ ਗੁਰਬਾਣੀ ਦੇ ਵਿੱਚ ਬਚਨ ਆਉਂਦਾ, ਇਹ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਪਾ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਗੁਰਤਾ ਗਦੀ ਦੇ ਤਖਤ ਦੇ ਬਿਰਾਜਮਾਨ ਹੋਏ ਅਤੇ ਪ੍ਰਤੱਖ ਵਾ ਜਾਸੂਪ ਵੀ ਜਿਹੜਾ ਚੰਦੋਆ ਸੀ ਮਹਾਰਾਜ ਸਾਹਿਬ ਜੀ ਦਾ, ਇਹਦੇ ਬਹੁਤਾ ਹੀ ਪ੍ਰਗਟ ਹੋਇਆ, ਬਹੁਤਾ ਹੀ ਪ੍ਰਕਾਸ਼ਿਆ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਿਮਾ ਹੈ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਜੀ, ਉਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਉੱਤੇ ਜੋ ਗੁਰਤਾ ਗਦੀ ਦਾ ਛਤਰ ਹੈ ਉਹ ਪਰਮੇਸ਼ਰ ਨੇ ਆਪ ਬਖਸ਼ਿਸ਼ ਕੀਤਾ। ਇਹ ਗੁਰਸਿੱਖ ਪਿਆਰਿਓ, ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਹਤਰ। ਉਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਹਾਜ ਦੀ ਨਿਆਈ ਨੇ ਅਤੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਲੱਗ ਜਾਓਗੇ ਅਤੇ ਸੰਸਾਰ ਤੋਂ ਤਰ ਜਾਵੋਗੇ। ਐਸੇ ਦੇਵ ਦੇ ਆਪ ਸਤਿਗੁਰੂ ਪੰਚਮ ਪਾਤਸ਼ਾਹ ਦੇ ਗੁਰਤਾ ਗਦੇ ਪੁਰਖ ਦੀਆਂ ਲੱਖ ਲੱਖ ਵਧਾਈਆਂ ਹੋਣ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਅੰਦਰ ਕੱਲ੍ਹ ਆਪਾਂ ਪ੍ਰਸੰਗ ਸ਼ਰਵਣ ਕੀਤਾ ਹੈ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ, ਇਹਦੇ ਕਵਾੜ ਖੁੱਲ੍ਹ ਗਏ ਹਨ, ਬ੍ਰਹਮ ਗਿਆਨ ਪ੍ਰਾਪਤ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਇਹਨੇ ਸਿਰ ਰੱਖ ਕੇ ਮੱਥਾ ਟੇਕਿਆ ਹੈ ਅਤੇ ਤਤ ਵਿਦਿਆ ਦੀ ਪਦਵੀ ਪਾ ਕੇ ਆਨੰਦ ਵਿੱਚ ਲੀਨ ਹੋਇਆ, ਫਿਰ ਨਹੀਂ ਕੁਝ ਬੋਲਿਆ। ਇੱਥੋਂ ਅੱਗੇ ਜਿਵੇਂ ਕਥਾ ਆ ਰਹੀ ਹੈ ਕਿ ਮਹਾਰਾਜ ਸਾਹਿਬ ਜੀ ਦੇ ਬਾਲ ਲੀਲਾ ਦੇ ਕੌਤਕ ਹੀ ਚੱਲ ਰਹੇ ਨੇ, ਨਾਲ ਨਾਲ ਸਤਿਗੁਰੂ ਸਾਹਿਬ ਜੀ ਅਗੰਮੀ ਖੇਡਾਂ ਕਰ ਰਹੇ ਹੈ। ਸਰਵਣ ਕਰੀਏ, ਇਕਾਗਰਤਾ ਬਖਸ਼ੋ, ਆਓ ਹਾਜ਼ਰੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਸਮਈ ਕਥਾ ਕਹਿਣ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਿਮਾ ਦਾ ਮੰਗਲ ਕਰਦੇ ਹੈ। ਇਹਦੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਸਹਿਜ ਗਿਆਨ ਰਸ ਦੇ ਨਾਲ ਬਰਾਜ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗਿਆਨ ਸਰਗਸ ਭਰਿਆ ਭਰਪੂਰ ਲਬਾਲਬ ਗਿਆਨ ਹੈ, ਖੁਸ਼ਕ ਗਿਆਨ ਨਹੀਂ ਹੈ। ਕਹਿੰਦੇ ਵੀ ਬ੍ਰਹਮ ਗਿਆਨ ਪ੍ਰੇਮ ਦੇ ਸਹਿਤ ਭਰਿਆ ਹੋਇਆ। ਅਤੇ ਕੁਝ ਉਦਾਹਰਣਾਂ ਦਿੰਦੇ ਨੇ, ਦਿਓਤ ਕਰ ਚੰਡ ਮੈਂ, ਦਿਓਤ ਕਹਿੰਦੇ ਨੇ ਸੂਰਜ ਨੂੰ ਅਤੇ ਕਰ ਕਹਿੰਦੇ ਨੇ ਉਹਦੀਆਂ ਕਿਰਨਾਂ ਨੂੰ। ਜਿਵੇਂ ਸੂਰਜ ਦੀਆਂ ਕਿਰਨਾਂ ਦੇ ਵਿੱਚ ਤੇਜ ਪ੍ਰਚੰਡ ਹੁੰਦਾ ਹੈ, ਸ਼ੋਭਦਾ ਹੈ ਨਾ, ਜੇ ਸੂਰਜ ਦੀ ਧੁੱਪ ਦੇ ਵਿੱਚ ਨਿੱਘ ਨਾ ਹੋਵੇ, ਜੇ ਉਹਦੀ ਧੁੱਪ ਦੇ ਪ੍ਰਕਾਸ਼ ਗਰਮੈਸ਼ ਨਾ ਹੋਵੇ, ਤਾਂ ਫਿਰ ਧੁੱਪ ਦਾ ਕੀ ਫਾਇਦਾ।
ਕਹਿੰਦੇ ਜਿਸ ਢੰਗ ਦੇ ਨਾਲ ਸੂਰਜ ਦੀ ਧੁੱਪ ਉਹਦੀਆਂ ਕਿਰਨਾਂ ਗੁਰਮੈਸ਼ ਦੇ ਸਵੇਤ ਅਪਾਰ ਸ਼ੋਭਦੀਆਂ ਹਨ, ਨੇਤ ਨਿਰਿਪ ਦੰਡ ਮੈਂ। ਅਤੇ ਜਿਹੜਾ ਰਾਜਾ ਏ ਨੀਤੀ ਦੇ ਸਹਿਤ ਕਿਸੇ ਦੋਸ਼ੀ ਨੂੰ ਜੇ ਸਜ਼ਾ ਦੇਵੇ ਦੰਡ ਦੇਵੇ ਤਾਂ ਚੰਗਾ ਲੱਗਦਾ, ਅਨੀਤੀ ਨਹੀਂ ਹੋਣੀ ਚਾਹੀਦੀ, ਕਿਸੇ ਨਾਲ ਧੱਕਾ ਨਾ ਹੋਵੇ, ਪਰ ਕਿਸੇ ਦੇ ਗੁਣਾਂ ਦੇ ਮੁਤਾਬਕ ਜੇ ਰਾਜਾ ਯੋਗ ਦੰਡ ਦੇਵੇ ਰਾਜਾ ਤਾਂ ਹੀ ਚੰਗਾ ਲੱਗਦਾ, ਸ਼ੋਭਦਾ ਏ। ਜੇ ਰਾਜਾ ਦੋਸ਼ੀ ਨੂੰ ਸਜ਼ਾ ਨਹੀਂ ਦੇ ਸਕਦਾ ਤਾਂ ਫਿਰ ਰਾਜਾ ਕਿਵੇਂ ਸ਼ੋਭੇਗਾ? ਦਾਨ ਕਾਚ ਕੰਟ ਮੈਂ ਸ਼ੋਭਤੇ ਅਪਾਰ ਹੈ। ਜਿਸ ਤਰ੍ਹਾਂ ਹਾਥੀ ਜਿਹੜਾ ਏ ਹਾਥੀ ਦੀ ਪੁੜਪੜੀ ਤੋਂ ਗੱਲਾਂ ਵਾਲੇ ਪਾਸੇ ਨੂੰ ਰਸ ਚਾਉਂਦਾ ਹੈ, ਉਹਨੂੰ ਗੰਢ ਕਹਿੰਦੇ ਨੇ, ਜਿਹੜਾ ਗੰਢ ਸਥਾਨ ਹੈ ਨਾ ਉਹਦੇ ਵਿੱਚੋਂ ਮਧ ਚਾਉਂਦਾ ਹੈ, ਇੱਕ ਤਰ੍ਹਾਂ ਦਾ ਰਸ ਹੈ, ਉਹਦੇ ਵਿੱਚੋਂ ਬੜੀ ਸੁਗੰਧੀ ਆਉਂਦੀ ਹੈ ਹਾਥੀ ਨੂੰ, ਅਤੇ ਇੱਕ ਉਹਦੇ ਵਿੱਚੋਂ ਉਹਨੂੰ ਨਸ਼ਾ ਜਿਹਾ ਚੜ੍ਹਦਾ, ਖੁਮਾਰੀ ਚੜ੍ਹਦੀ। ਇਹੀ ਕਾਰਨ ਹੈ ਵੀ ਜਿਹੜਾ ਹਾਥੀ ਇਹ ਮਸਤ ਤੁਰਦਾ, ਅਤੇ ਜੇ ਖਲੋਤਾ ਵੀ ਹੋਵੇ ਤਾਂ ਤਾਂ ਵੀ ਆਪਣਾ ਸਿਰ ਇੱਧਰ ਉੱਧਰ ਹਿਲਾਈ ਜਾਂਦਾ, ਕਿਉਂਕਿ ਉਹਦੇ ਅੰਦਰੋਂ ਰਸ ਚਾਉਂਦਾ ਰਹਿੰਦਾ ਹੈ, ਅਤੇ ਉਹ ਰਸ ਦੇ ਵਿੱਚੋਂ ਸੁਗੰਧੀ ਵੀ ਬੜੀ ਸੋਹਣੀ ਆਉਂਦੀ ਹੈ, ਅਤੇ ਉਸ ਰਸ ਦੇ ਕਰਕੇ ਹਾਥੀ ਮਸਤ ਰਹਿੰਦਾ। ਅਤੇ ਕਹਿੰਦੇ ਵੀ ਜਿਸ ਢੰਗ ਦੇ ਨਾਲ ਦਾਨ ਗਜ ਗੰਢ ਮੈਂ, ਜਿਵੇਂ ਹਾਥੀ ਦੇ ਗੱਲਾਂ ਦੇ ਵਿੱਚੋਂ ਗੰਢ ਦੇ ਵਿੱਚੋਂ ਰਸ ਚਾਉਂਦਾ ਸ਼ੋਭਾ ਪਾਉਂਦਾ ਹੈ, ਸ਼ੋਭਤ ਅਪਾਰ ਹੈ। ਬੇਅੰਤੀ ਕਹਿੰਦੇ ਵੀ ਇਹਨਾਂ ਚੀਜ਼ਾਂ ਦੀ ਜਿਵੇਂ ਸ਼ੋਭਾ ਏ, ਖੀਰ ਮੈਂ ਧੀਰ ਜਿਮ ਪੀਰ ਮੈਂ। ਫਿਰ ਕਹਿੰਦੇ ਵੀ ਜਿਵੇਂ ਦੁੱਧ ਦੇ ਵਿੱਚ ਘਿਓ ਜਿਹੜਾ ਹੈ ਇਹ ਸੁੱਖ ਦੇ ਦੇਣ ਵਾਲਾ, ਜੇ ਦੁੱਧ ਦੇ ਵਿੱਚ ਧਿਆਈ ਨਾ ਹੋਵੇ ਤਾਂ ਫਿਰ ਦੁੱਧ ਦਾ ਕੀ ਫਾਇਦਾ? ਕਹਿੰਦੇ ਦੁੱਧ ਦੀ ਸ਼ੋਭਾ ਸੁੱਖ ਦੇਣ ਵਾਲੀ ਉਹਦੀ ਚੰਦਿਆਈ ਕਰਕੇ ਬਣਦੀ ਹੈ ਨਾ, ਘਿਓ ਕਰਕੇ ਬਣਦੀ, ਮੱਖਣ ਕਰਕੇ ਰਿੜਕੇ ਤੋਂ ਪ੍ਰਗਟ ਹੁੰਦਾ ਭਾਵੇਂ, ਪਰ ਉਹਦੇ ਦੁੱਧ ਦੇ ਵਿੱਚ ਘਿਓ ਹੈ ਤਾਂ ਸਹੀ। ਕਹਿੰਦੇ ਹਵੀ ਜਿਵ ਖੀਰ ਮੈਂ, ਖੀਰ ਨਾਮ ਹੈ ਦੁੱਧ ਦਾ ਅਤੇ ਹਵੀ ਨਾਮ ਹੈ ਘਿਓ ਦਾ, ਵੀ ਜੇ ਦੁੱਧ ਦੇ ਵਿੱਚ ਸੰਧਿਆਈ ਹੈ, ਦੇਸੀ ਘਿਓ ਹੈ, ਧੀਰ ਜਿਵ ਵੀਰ ਮੈਂ, ਅਤੇ ਜਿਹੜਾ ਕੋਈ ਸੂਰਮਾ ਹੁੰਦਾ ਏ ਉਹਦੇ ਵਿੱਚ ਧੀਰਜ ਹੋਵੇ ਤੇ ਤਾਂ ਸੁੱਖ ਦੇ ਦੇਣ ਵਾਲੀ ਹੁੰਦੀ ਹੈ। ਨੀਰ ਜਿਮ ਨੀਰ ਮੈਂ ਹੋਤ ਸੁੱਖਕਾਰ ਹੈ। ਜਿਹੜਾ ਪਾਣੀ ਹੈ ਪਾਣੀ ਦੇ ਵਿੱਚ ਸ਼ੀਤਲਤਾ ਹੁੰਦੀ ਹੈ, ਜੇ ਪਾਣੀ ਵਿੱਚ ਸ਼ੀਤਲਤਾ ਹੀ ਨਾ ਹੋਵੇ ਫਿਰ ਪਿਆਸ ਕਿਵੇਂ ਮਿਟੇਗੀ? ਜੇ ਪਾਣੀ ਦੇ ਵਿੱਚ ਸ਼ੀਤਲਤਾ ਸੁੱਖ ਦਿੰਦੀ ਹੈ, ਦੁੱਧ ਵਿੱਚ ਘਿਓ ਦੇ ਸੂਰਮੇ ਧੀਰਜ ਸੁੱਖਕਾਰੀ ਹੁੰਦੀ ਹੈ। ਰੌਣ ਜਿਮ ਇੰਦ ਮੈਂ ਗੰਧ ਅਰ ਬਿੰਦ ਮੈਂ। ਕਹਿੰਦੇ ਵੀ ਜਿਹੜਾ ਚੰਦਰਮਾ ਏ ਇਹ ਨੀਚੇ ਕਰਕੇ ਅਸੀਂ ਵੇਖਿਆ ਹੈ ਵੀ ਚੰਦਰਮਾ ਦੇ ਵਿੱਚ ਜੌਣ ਕੀ ਚਾਂਦਨੀ ਪ੍ਰਕਾਸ਼ ਹੁੰਦਾ ਹੈ, ਜੇ ਚੰਦਰਮਾ ਦੇ ਵਿੱਚ ਚਾਨਣ ਨਾ ਹੋਵੇ, ਉਹਦੀ ਚਾਨਣੀ ਨਾ ਹੋਵੇ, ਫਿਰ ਚੰਦਰਮਾ ਕਿਸ ਕੰਮ ਦਾ? ਜੇ ਚੰਦਰਮਾ ਦੇ ਵਿੱਚ ਜਿਹੜਾ ਪੂਰਨਮਾਸ਼ੀ ਦਾ ਚੰਦ ਹੈ ਉਹਦੇ ਵਿੱਚ ਚਾਨਣੀ ਸ਼ੋਭਦੀ ਹੈ, ਅਤੇ ਕਮਲ ਦੇ ਫੁੱਲ ਦੇ ਜਿਹੜੀ ਸੁਗੰਧੀ ਆਉਂਦੀ ਹੈ ਨਿਸ਼ਚੇ ਕਰਕੇ ਉਹ ਸੋਹਣੀ ਲੱਗਦੀ, ਜੇ ਕਮਲ ਦੇ ਵਿੱਚ ਖੁਸ਼ਬੂ ਹੀ ਨਾ ਹੋਵੇ ਫਿਰ ਭੌਰੇ ਥੋੜ੍ਹਾ ਉਹਦੇ ਲਾਗੇ ਆਉਣਗੇ। ਇਸ ਢੰਗ ਦੇ ਨਾਲ ਮੁੱਖ ਤੱਤ ਬਿੰਦ ਮੈਂ ਜਾਣ ਨਿਰ ਧਾਰ ਹੈ। ਜਿਹੜਾ ਤੱਤ ਬਿੰਦਤਾ ਹੈ ਉਹਦੇ ਵਿੱਚ ਨਿਸ਼ਚੇ ਕਰਕੇ ਜਾਣ ਲਓ ਵੀ ਮੁਕਤੀ ਹੈ, ਉਹ ਆਪ ਮੁਕਤ ਮੁਕਤ ਕਰੈ ਸੰਸਾਰ, ਆਪ ਵੀ ਮੁਕਤ ਹੈ ਅਤੇ ਦੁਨੀਆਂ ਨੂੰ ਵੀ ਮੁਕਤ ਕਰਦਾ ਹੈ। ਇਹ ਉਦਾਹਰਣਾਂ ਦੇ ਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਸਵਾਸ਼ ਜਸ ਦਾਨ ਮੈਂ ਤਾਨ ਦੇ ਮਗਾਨ। ਜੇ ਕੋਈ ਦਾਨ ਕਰੇ ਤੇ ਉਹਦਾ ਸਵਾਸ਼ ਨਿਰਮਲ ਜਸ ਹੁੰਦਾ ਹੈ ਨਾ, ਦਾਨ ਕਰਨ ਵਾਲੇ ਦੀ ਸ਼ੋਭਾ ਨਿਰਮਲ ਹੁੰਦੀ ਹੈ, ਤੇ ਜੇ ਕੋਈ ਰਾਗ ਗਾਵੇ ਤੇ ਉਹਦੇ ਵਿੱਚ ਜਿਵੇਂ ਤਾਨਾਂ ਗਾਈ ਦੀਆਂ ਹਨ, ਗ੍ਰੰਥ ਗੁਰ ਗਿਆਨ ਮੈਂ ਤੈਸੇ ਰਸ ਸਾਰ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਗਿਆਨ ਹੈ, ਗ੍ਰੰਥ ਗੁਰ ਗਿਆਨ ਮੈਂ ਤੈਸੇ ਰਸ ਸਾਰ ਹੈ, ਜਿਹੜਾ ਪ੍ਰੇਮ ਰਸਮਈ ਗਿਆਨ ਹੈ ਨਾ ਇਹ ਸ੍ਰੇਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਆਹ ਫੋਕਾ ਗਿਆਨ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਗਿਆਨ ਹੈ ਇਹ ਸ੍ਰੇਸ਼ਟ ਹੈ, ਆਤਮਕ ਆਨੰਦ ਦੇਣ ਵਾਲਾ ਹੈ, ਇਹ ਰਸਮਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗਿਆਨ ਹੈ, ਕਿਉਂਕਿ ਜੇ ਆਤਮਕ ਰਸ ਪ੍ਰੇਮਈ ਨਾ ਹੋਵੇ, ਕਈ ਗ੍ਰੰਥਾਂ 'ਚ ਗਿਆਨ ਦੀਆਂ ਗੱਲਾਂ ਨੇ, ਪਹਿਲਾਂ ਵੀ ਜਿਹੜੀਆਂ ਕਈ ਧਾਰਮਿਕ ਗ੍ਰੰਥ ਗਿਆਨ ਤੇ ਉਹਨਾਂ 'ਚ ਵੀ ਸੀ, ਪਰ ਉਹ ਸੀ ਫੋਕਾ ਗਿਆਨ, ਸੁੱਕਾ ਗਿਆਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੇਸ਼ਟ ਗਿਆਨ ਹੈ। ਸ੍ਰੀ ਬਾਲਾ ਸੁੰਦਰ ਵਾਚ, ਭਾਈ ਬਾਲਾ ਸਾਹਿਬ ਜੀ ਇਹ ਪਾਵਨ ਕਥਾ ਸ਼ਰਵਣ ਕਰਾਉਂਦੇ ਨੇ, ਦੋਹਰਾ ਸਹਿਜ ਸੁਭਾਇਕ ਮੁਕਤ ਦਾ ਇਹਦਾ ਕਹਿੰਦੇ ਮੁਕਤੀ
जी दादा गुरु नानक देव महाराज जिन्हां सहज सुभा है गोपाल पांधे नूं निहाल करके उपदेश दे के आवत भए तवास महाराज सहजे सहजे चल के दे अपने घर अपने महलां दे विच आ गए। उदा महाराज संध्या जे होए आउंदे सी पहले दिन गए सी उस स्कूल इस स्कूल नूं छुट्टी पिछले दिन पैर आउंदे सी हुण महाराज जी ने पांधे नूं निहाल कीता ते पहला ही दुपहर तों वी पहला घर विच पहुंच गए ਆ ਕੇ ਆਪਣੇ ਪੁੱਤਰ ਨੂੰ ਵੇਖਿਆ
ਕਰਨ ਲਾਲ ਕਿਰਪਾਲ ਜਿਸ ਪ੍ਰਕਾਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨੇਤਰ ਬੜੇ ਪਿਆਰ ਵਾਲੇ ਨੇ ਪਿਆਰ ਵਾਲੇ ਸਤਿਗੁਰਾਂ ਨੂੰ ਵੇਖਿਆ ਨੇਤਰਾਂ ਦੇ ਨਾਲ ਸ਼ਾਦੀ ਨਾਲ ਲਾ ਲਿਆ ਅੰਕ ਵਸਾਇਓ ਬਾਬਾ ਮਹਿਤਾ ਕਾਲੂ ਜੀ ਪਲੰਗ ਤੇ ਬੈਠ ਗਏ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਤੇ ਲਾਡ ਬਣਾਉਣ ਲੱਗ ਪਏ ਪਿਆਰ ਕਰਦੇ ਹਨ ਸਿਆਣਪ ਹੈ ਇਹ
ਮੰਨੋ ਵੀ ਮਹਾਰਾਜ ਨੇ ਆਪਣੀ ਬਾਣੀ ਰੂਪੀ ਤੀਰ ਤਿੱਖੇ ਕੀਤੇ ਹੋਏ ਹਨ। ਸਮਝਦੇ ਆ ਵੀ ਮਹਾਰਾਜ
मैनू ही सुना रहे हैं। हर एक दे अंदर इदा नहीं भावना भी गुरु नानक देव महाराज जी मेरे नाल प्यार करते मैनू संबोधन होके सारी साखी ये कथा ही वचन सुना रहे हैं। जिन्हें भी आने बैठे ने भी पंजी के हर वे महाराज के द्वारे रेंदे सी उन्होंने सारे इदा ही लगता भी महाराज बोल भी मेरे न रहे है तो वेख भी मेरे वाल ही रहे हैं। अपने कन्ना दे काबू किया अपने इंद्रिया नूं रोक के गुरु नानक देव महाराज साहिब जी दे मन भावदे वचन सुनदे हन। अपने घरे आ गए कर मातते माता ने बड़े प्यार भोजन साल परोस के घ्यो मखण आदि होर पदार्थ से महाराज जी ने रुचि अनुसार छक लए। जाओ
ਪਈ ਇਸ ਪੜਨੇ ਕੋ ਪਰਹਿ ਰਖਲੇ। ਇਸ ਕਰਕੇ ਬਾਬਾ ਕਲਿਆਣ ਚੰਦ ਜੀ ਆਪਣੇ ਪੁੱਤਰ ਗੁਰੂ ਨਾਨਕ ਦੇਵ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਪੈ ਵੀ ਮੈਂ ਇਹਨਾਂ ਨੂੰ ਪੜ੍ਹਾ ਲਵਾਂ, ਇਹਦੇ ਹੋਰਾਂ ਨੂੰ ਪੜ੍ਹਾਉਣ ਹਾਰੇ ਹਨ। ਸਭ ਕਰਤਾ ਜੋ ਵਿਦਿਆ ਜਾਲੇ, ਇਹਨਾਂ ਦੇ ਚਰਨਾਂ ਵਿੱਚੋਂ ਸਾਰੀ ਵਿਦਿਆ ਪੈਦਾ ਹੋਈ ਹੈ। ਸਭ ਤਰ੍ਹਾਂ ਦੀ ਵਿਦਿਆ ਦੇ ਜਿਹੜੇ ਕਰਤਾ ਹੈ, ਜਿਨ੍ਹਾਂ ਨੇ ਸਾਰੀਆਂ ਪੜ੍ਹਾਈਆਂ ਬਣਾਈਆਂ ਹਨ। ਹਨੇਰਾ ਦੂਰ ਕਰਨਾ, ਇਹਦੇ ਸੂਰਜ ਦੇ ਸਾਹਮਣੇ ਦੀਵਾ ਬਾਲ ਕੇ ਰੱਖ ਦੇਵੇ। ਕਿਆ ਹੋਏ ਪਰ ਪਾਛਾ ਬਾਬਾ ਮਹਿੰਦਾ ਕਾਲੂ ਜੀ ਦੱਸੋ ਵੀ ਜਿੱਥੇ ਸੂਰਜ ਚੜਿਆ ਹੋਵੇ ਉੱਥੇ ਦੀਵੇ ਦਾ ਕੀ ਚਾਨਣ ਹੋਵੇਗਾ ਸੂਰਜ ਦੇ ਸਾਹਮਣੇ। ਕਾਗਜ਼ ਕੁਛ
ਸੱਜੇ ਕਰਕੇ ਘਰ ਦੇ ਵਿੱਚੋਂ ਲੱਗ ਪੋਥੀ ਸੀ ਕਰੇ ਅਸੀਨੇ ਘਰ ਦੇ ਕਿਉਂਕਿ ਪਰਿਵਾਰ ਦਾ ਕੰਮ ਸੀ ਬਾਬਾ ਕਲਿਆਣ ਚੰਦ ਜੀ ਦਾ ਤੇ ਕਾਗਜ਼ ਬਹੁਤ ਘਰ ਦੇ ਵਿੱਚ ਪਏ ਹੀ ਰਹਿੰਦੇ ਸੀ ਤੇ ਆਪਣੇ ਪਿਤਾ ਜੀ ਦੇ ਕੁਝ ਕਾਗਜ਼ਾਂ ਦੇ ਵਿੱਚੋਂ ਕਾਗਜ਼ ਲੈ ਕੇ ਇੱਕ ਦਿਨ ਤੇ ਜਿਵੇਂ ਛੋਟੀ ਜੀ ਕੋਈ ਪੋਥੀ ਬਣਾਈ ਹੁੰਦੀ ਹੈ ਤਾਂ ਪੋਥੀ ਦੇ ਵਾਂਗ ਸਾਰਾ ਨਕਸ਼ਾ ਬਣਾ ਲਿਆ ਸਭ ਤੋਂ ਸ੍ਰੇਸ਼ਟ ਸਲੋਕ ਕੱਢੇ ਉਹਨੂੰ ਸਭ ਸਲੋਕੀ ਗੀਤਾ ਕਹਿ ਦਿੰਦੇ ਆ।
संस्कृत है तो बड़ी महंगी बड़ी औखी है पढ़नी। तो गुरु नानक देव महाराज 6-7 साल के शरीर की उम्र है तो बाबा कल्याण चंद जी ने जो पूछा भी पुत्र जी की पढ़ रहे तो महाराज जी कहते पिता जे सब श्लोकी गीता पढ़ रहा हाँ अर्थ विचारों ते कर प्रीता ते ये अर्थ में प्यार दे ना विचार रहे हैं भी अर्थ की बंदे दे मायने सीख रहे हैं जान रहे हैं हाँ जिसके पढ़न विचारन करके आजे सुगीता दे पढ़न दे विचारन करके शुभ मार्ग पर है तो तर्क जिधर भी है तो दे जारी में पढ़ता सुनता विचार दा ये वो चंगे राते पिंता है मैं सुने आए छोटी उम्र चंगी
ਦੀ ਅਕਲ ਕਿੰਨੂ ਹੁੰਦੀ ਹੈ ਵੀ ਹਰ ਇੱਕ ਤਰ੍ਹਾਂ ਦੀ ਵਿਦਿਆ ਆਪੇ ਹੀ ਪੜ੍ਹੀ ਜਾਵੇ ਦੋਹਰਾ ਜਨਕ ਕਹਿਓ ਸੁਣ ਕਰ ਸਦਨ ਘਰ ਦੇ ਬਾਹਰ ਬਾਹਰ ਦਿਹਾੜਿਆਂ ਨੂੰ ਇਕੱਠਿਆਂ ਕਰਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਏਦਾਂ ਇਹ ਸਭ ਸਲੋਕੀ ਗੀਤਾ ਸੁਣਾ ਰਹੇ ਸੀ ਤੇ ਬਾਬੇ ਕਲਿਆਣ ਚੰਦ ਨੇ ਵੀ ਜਦੋਂ ਸੁਣੀ ਤੇ ਸੁਣ ਕੇ ਘਰ ਦੇ ਅੰਦਰ ਗਿਆ ਨਾਨਕ ਜਨਨੀ ਸੰਗ ਦਿਲ ਦੇ ਵਿੱਚ ਬੜਾ ਚਾਅ ਹੈ ਬੜਾ ਉਤਸ਼ਾਹ ਹੈ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ ਦੇ ਨਾਲ ਬਚਨ ਕਰਨ ਲੱਗਾ ਬਚਨਨ ਸੋ ਵਰਣਨ ਕਰੇ ਕਹਿ ਲੱਗਾ ਹੇ ਮਾਤਾ ਵਾਲੇ ਹੇ ਤ੍ਰਿਪਤਾ ਹੇ ਪਤਨੀ ਸੁਣ ਮੈਂ ਤੈਨੂੰ ਦੱਸਦਾ ਹਾਂ ਸਭੇ ਹਿਰਦੇ ਉਮੰਗ ਸਭ ਦਾ ਕਰਕੇ ਦਿਲ ਦੇ ਵਿੱਚ ਬੜਾ ਚਾਅ ਬੜਾ ਉਤਸ਼ਾਹ ਹੈ ਬਾਬਾ ਕਲਿਆਣ ਚੰਦ ਜੀ ਦੇ ਪਈ ਪ੍ਰਥਮ ਜੋਤ ਕੀ ਗੁਣ ਗਨ ਗਾਏ ਆਪਣੀ ਪਤਨੀ ਸ੍ਰੀ ਤ੍ਰਿਪਤਾ ਜੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਤ੍ਰਿਪਤਾ ਜੀ ਤੁਹਾਡਾ ਜਿਹੜਾ ਪੁੱਤਰ ਹੈ ਨਾ ਬੜਾ ਹੀ ਸਿਆਣਾ ਹੈ ਵੇਖੋ ਪਹਿਲਾਂ ਸਾਰਿਆਂ ਤੋਂ ਜਿਹੜਾ ਹਰਦਿਆਲ ਪੁਰੋਹਿਤ ਹੈ ਉਹਨੇ ਕਿਹਾ ਸੀ ਨਾ ਵੀ ਇਹ ਤੁਹਾਡਾ ਜਿਹੜਾ ਪੁੱਤਰ ਹੈ ਇਹ ਰੱਬੀ ਅਵਤਾਰ ਹੈ ਕੋਈ ਉਹਨੇ ਬੜੇ ਗੁਣ ਗਾਏ ਸਨ ਸਭ ਲੱਛਣ ਸਭ ਅੰਗ ਬਤਾਏ ਕਿਹਾ ਸੀ ਵੀ ਇਹਨਾਂ ਦੇ ਵਿੱਚ ਸਾਰੇ ਲੱਛਣ ਬੜੇ ਚੰਗੇ ਹੈ ਇਹਨਾਂ ਦੇ ਅੰਗ ਪ੍ਰਤੰਗ ਬੜੇ ਸੋਹਣੇ ਹਨ ਪਾਂਦੇ ਗੋਪਾਲ ਪਖਾਂਦਾ ਅੱਜ ਦੀ ਇਹ ਗੱਲ ਹੈ ਵੀ ਜਿਹੜਾ ਪਾਂਦਾ ਗੋਪਾਲ ਹੈ ਉਹਨੇ ਵੀ ਕਿਹਾ ਸਤ ਤੁਮਰੇ ਅਤਿਸ਼ੈ ਮਤਵੰਦ ਕਹਿੰਦਾ ਮੈਂ ਤਾਂ ਕਾਲੋ ਵੀ ਜਿਹੜਾ ਤੁਹਾਡਾ ਪੁੱਤਰ ਹੈ ਨਾ ਗੁਰੂ ਨਾਨਕ ਦੇਵ ਸਾਹਿਬ ਇਹ ਬਹੁਤ ਹੀ ਮਤ ਵਾਲਾ ਹੈ ਬਹੁਤ ਹੀ ਜ਼ਿਆਦਾ ਸਿਆਣਾ ਏ ਮਾਰਕ ਮੈਂ ਕਾਗਦ ਲੀਨੇ ਕਲਿਆਣ ਚੰਦ ਕਹਿੰਦੇ ਆ ਵੇਖ ਹੁਣੇ ਮੈਂ ਆਇਆ ਜਦੋਂ ਘਰੇ ਤੇ ਬਾਰ ਬਾਰ ਕਾਗਜ਼ ਲੈ ਕੇ ਬੱਚਿਆਂ ਦੇ ਨਾਲ ਬੜਾ ਹੀ ਲਾਇਕ ਹੈ ਸੰਗ
फिर बार पर आई देखो जेडे बालक है ना आंड गवान दे मदो मनी जोरो जोरी नाल फिरदे है मदो मनी नाल ही रहंदे जे घरे आंदे ते सारे नाल आ जांदे खाना प्रेत नरन जो भन्ने कहानी कहनी कविता जी कहंदे स्वामी जी कई रब ते आंड दंदी है जिवें कोई बड़ा बुजुर्ग नहीं बच्चा कोई कहानी कोई साखी सुना के समझाउंदा एदा कहंदे कहानियां कहंदे खाना अपने सपुत्र गुरु नानक देव महाराज जी एक दूजे दे नाल कुश्ती बड़ियाई सांझी कीती भी साडा पुत्र बड़ा लायक है अमोद संग भेज है वर खेड़ा खेड़ते हाँ बलाई वृंदवाड़ को
ਹੇਲ ਲਾਲ ਮੇਲੇ ਸਾਰੇ ਮੱਥਿਆਂ ਨੂੰ ਇਕੱਠਿਆਂ ਕਰਕੇ ਤੇ ਮਹਾਰਾਜ ਸਾਹਿਬ ਜਿਹੜੇ ਲਾਲ ਪਿਆਰੇ ਨੇ ਬੜੀਆਂ ਸੋਹਣੀਆਂ ਭੇਲੀਆਂ ਬੁਝਾਰਤਾਂ ਪਾ ਪਾ ਕੇ ਪੁੱਛਦੇ ਆ ਵੀ ਇਸ ਬੁਝਾਰਤ ਦਾ ਕੀ ਮਤਲਬ ਦੱਸ ਤੋਰਾ ਸਰੀਰ ਹੇਤ ਦੰਭ ਮਾਨ ਕੋ ਨਿਕੰਦਨਾ ਜਿਸ ਗੁਰੂ ਨਾਨਕ ਦੇਵ ਮਹਾਰਾਜ ਨੇ ਪਖੰਡ ਤੇ ਹੰਕਾਰ ਨੂੰ ਖਤਮ ਕਰਨ ਦੇ ਵਾਸਤੇ ਨਾਸ਼ ਕਰਨ ਲਈ ਸਰੀਰ ਧਾਰਿਆ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।